ਨੋਵੇਲੇਟ ਭਾਬੀ ਜਾਨ ਦੀ 17ਵੇਂ ਅੰਗ ਦਾ ਬਾਕੀ ਦਾ ਹਿੱਸਾ ਰੌਸ਼ਨੀ ਆਪਣੇ ਕਾਰ ਵਿੱਚ ਕਵੀ ਗੁਲਾਮ ਯਸੀਨ ਨੂੰ ਤੇ ਘਰ ਦੀ ਮੁਹਾਟ ਤੀਕ ਪਹੁੰਚਾ ਕੇ ਆਈ ਨਾਲੇ ਉਹਦੇ ਛੋਟੇ ਛੋਟੇ ਤਿੰਨ ਬੱਚਿਆਂ ਨੂੰ ਮਠਿਆਈ ਤੇ ਸੁਗਾਤਾਂ ਦੇ ਕੇ ਆਈ ਅਗਲੇ ਦਿਨ ਖਬਰ ਆਈ ਕਿ ਸ਼ਹਿਰ 'ਚ ਫਿਰਕੂ ਫਸਾਦ ਸ਼ੁਰੂ ਹੋ ਗਏ ਸਨ ਇੱਕ ਤੋਂ ਬਾਅਦ ਇੱਕ ਭਿਆਨਕ ਖਬਰਾਂ ਪਤਾ ਨਹੀਂ ਕਿਉਂ ਰੌਸ਼ਨੀ ਸਖਤ ਪਰੇਸ਼ਾਨ ਸੀ ਮੁਰਮੁਰ ਜਾਵੇਦ ਨੂੰ ਕਹਿੰਦੀ ਕੋਈ ਤਰੀਕਾ ਨਹੀਂ ਇਹ ਪਤਾ ਲੱਗ ਸਕੇ ਕਿ ਕਵੀ ਗੁਲਾਮ ਯਸੀਨ ਦੇ ਟੱਬਰ ਨੂੰ ਕੋਈ ਨੁਕਸਾਨ ਤੇ ਨਹੀਂ ਹੋਇਆ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ ਕੋਈ ਸ਼ਹਿਰ ਵਾਲ ਕਿਵੇਂ ਜਾ ਸਕਦਾ ਸੀ ਖਾਸ ਤੌਰ ਤੇ ਮੁਹੱਲਾ ਸੁਲਤਾਨ ਸ਼ਾਹੀ ਵਾਲ ਜਿੱਧਰ ਕਵੀ ਯਸੀਨ ਰਹਿੰਦਾ ਸੀ ਸਾਰੀ ਉਹ ਸਵੇਰ ਰੌਸ਼ਨੀ ਮੱਛੀ ਵਾਂਗ ਟੜਪਦੀ ਰਹੀ ਬੱਚੇ ਸਕੂਲ ਨਹੀਂ ਗਏ ਸਨ ਜਵੇਦ ਦਾ ਦਫ਼ਤਰ ਬੰਦ ਸੀ ਸ਼ਹਿਰ 'ਚ ਹਿਰਾਸ ਛਾਇਆ ਹੋਇਆ ਸੀ ਰੌਸ਼ਨੀ ਦੇ ਦਿਲ 'ਚ ਇੱਕ ਅਜੀਬ ਖਸਣ ਜੀ ਲੱਗੀ ਹੋਈ ਸੀ ਉਹ ਤੋਂ ਸਾਰੀ ਸਵੇਰ ਕੁਝ ਖਾਦਾ ਪੀਤਾ ਨਹੀਂ ਗਿਆ ਜAVE ਤੇ ਜੀਤੀ ਉਹਦੇ ਵੱਲ ਵੇਖ ਵੇਖ ਕੇ ਹੈਰਾਨ ਹੋ ਰੇ ਸਨ ਘਰ ਦੇ ਬਾਹਰ ਲਾਂਚ دیਵਾਨਿਆਂ ਹਰ ਰੌਸ਼ਨੀ ਟਹਿਲ ਰਹੀ ਸੀ ਮੋੜ ਮੋੜ ਰੁੱਕ ਕੇ ਹੀ ਕਹਿੰਦੀ ਕੋਈ ਤਰੀਕਾ ਨਹੀਂ ਕਿ ਯਸੀਨ ਸਾਹਿਬ ਦੇ ਟਬਰ ਦੀ ਸੁਖ ਸ਼ਾਂਤੀ ਖਬਰ ਮਿਲ ਸਕੇ ਤੇ ਉਧਰ ਸ਼ਹਿਰ ਚ ਅਗ ਲੱਗੀ ਹੋਈ ਸੀ ਗੋਲੀਆਂ ਵੱਸ ਰਹੀਆਂ ਸਨ ਫਾਇਰ ਬ੍ਰਿਗੇਡ ਤੇ ਪੁਲਿਸ ਦੀਆਂ ਸੀਟੀਆਂ ਦੀ ਆਵਾਜ਼ ਆਉਂਦੀ ਸੀ ਤੇ ਬਸ ਉਹੀ ਗੱਲ ਹੋਈ ਜਿਹਦਾ ਰੌਸ਼ਨੀ ਨੂੰ ਡਰ ਸੀ ਜਵੇਦ ਨੇ ਆਪਣੇ ਰਸੂਖ ਨਾਲੇ ਸੂ ਕੱਢੀ ਸੀ ਉਸ ਦਿਨ ਸਵੇਰੇ ਯਸੀਨ ਉਹਦੀ ਤ੍ਰਿਮਤ ਫਰਹਤ ਸੁਲਤਾਨਾ ਤੇ ਉਹਨਾਂ ਦੇ ਤਿੰਨ ਬੱਚੇ ਇੱਕ ਬੇਟਾ ਤੇ ਦੋ ਬੇਟੀਆਂ ਘਰ 'ਚ ਨਾਸ਼ਤਾ ਕਰ ਰਹੇ ਸੀ ਆਪੋ ਆਪਣੀਆਂ ਸਕੂਲਾਂ ਲਈ ਤਿਆਰੀ ਕਰ ਰਹੇ ਸਨ ਯਸੀਨ ਦੀ بیگم ਫਰਹਤ ਵੀ ਕਿਸੇ ਸਕੂਲ 'ਚ ਪੜਾਉਂਦੀ ਸੀ ਅਜੇ ਲੋਕ ਨਾਸ਼ਤਾ ਖਤਮ ਵੀ ਨਹੀਂ ਕਰ ਪਾਏ ਸੀ ਕਿ ਕੋਈ 400 ਗੁੰਡਿਆਂ ਦਾ ਹਜੂਮ ਉਹਨਾਂ ਦੇ ਘਰ ਤੇ ਟੁੱਟ ਪਿਆ ਫਰਹਤ ਬਾਵਰਜੀ ਖਾਨੇ 'ਚ ਸੀ ਉਹਦੇ ਕੁਛੜ ਉਹਦੀ 9 ਮਹੀਨੇ ਦੀ ਕੁੜੀ ਸੀ ਫਸਾਦੀਆਂ ਨੇ ਗੁਲਾਮ ਯਸੀਨ ਨੂੰ ਘਰੋਂ ਬਾਹਰ ਗਲੀ 'ਚ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਇੰਜੀ ਉਹਦੇ ਟੱਬਰ ਦੇ ਬਾਕੀ ਬੰਦਿਆਂ ਨੂੰ ਘਰੋਂ ਲੁੱਟ ਲਿਆ ਗਿਆ ਗੰਡਾਸਿਆਂ ਤੇ ਨੇਜ਼ਿਆਂ ਨਾਲ ਲੈਸ ਫਸਾਦੀਆਂ ਨੇ ਯਸੀਨ ਦੀ ਹਸੀਨ ਤਰੀਮਤ ਫਰਖਤ ਨੂੰ ਵੀ ਮਾਫ ਨਹੀਂ ਕੀਤਾ ਸਾਰੇ ਦਾ ਸਾਰਾ ਟੱਬਰ ਉਸਮਾਨੀਆ ਜਨਰਲ ਹਸਪਤਾਲ 'ਚ ਦਮ ਤੋੜ ਰਿਹਾ ਸੀ ਰੌਸ਼ਨੀ ਨੇ ਸੁਣਿਆ ਤੇ ਲਖ ਜਵੇਦ ਦੇ ਮਨਾ ਕਰਨ ਦੇ ਬਾਵਜੂਦ ਉਹ ਜੀਤੀ ਨੂੰ ਲੈ ਕੇ ਹਸਪਤਾਲ ਜਾ ਪਹੁੰਚੀ जान ਤੋਂ ਪਹਿਲੇ ਦੋਹਾਂ ਨੇ ਆਪਣੇ ਆਪਣੇ ਮੱਥੇ ਤੇ ਬਿੰਦੀ ਲਾ ਲਈ ਸੀ। ਕੰਬਖਤ ਨਿਰੀਪੁਰੀ Hindu ਲੱਗਦੀ ਐ। ਗੇਟ ਤੋਂ ਬਾਹਰ ਨਿਕਲਦੇ ਹੋਏ ਉਹਨੂੰ ਵੇਖ ਰਿਹਾ ਜਵੇਦ ਆਪਣੇ ਹੋਠਾਂ 'ਚ ਬੁੜਬੁੜਾਇਆ। ਅਜੀਬ ਔਰਤ ਸੀ। ਆਖਰੋ ਦਾ ਯਸੀਨ ਨਾਲ ਕੀ ਰਿਸ਼ਤਾ ਸੀ? ਪਾਸੋ ਦੇ ਬੇਟੇ ਨੂੰ ਤਿਲਗੂ ਪੜਾਉਂਦਾ ਸੀ। ਕਵਿਤਾ ਲਿਖਦਾ ਸੀ। ਪਹਿਲੀ ਵਾਰ ਪਿਛਲੀ ਰਾਤ ਉਹਨਾਂ ਦੀ ਮੁਲਾਕਾਤ ਹੋਈ ਸੀ ਤੇ ਇੰਝ ਜਿਹਾ ਜਿਵੇਂ ਜਨਮ ਜਨਮਾਂ ਦਾ ਮੰਤਰਾਂ ਨੇ ਉਹਨੂੰ ਜਾਣਦੀ ਹੋਵੇ। ਤੇ ਹੁਣ ਉਹਦੇ ਕੈਡਲੈਂਡ ਹਸਪਤਾਲ ਤੁਰ ਪਈ ਸੀ। ਸ਼ਹਿਰ 'ਚ ਫਿਰਕੂ ਫਸਾਦ ਹੋ ਰਹੇ ਸਨ ਕਿਸੇ ਮੁਸਲਮਾਨ ਦਾ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਸੀ ਖਾਸ ਕਰਕੇ ਕਿਸੇ ਔਰਤ ਦਾ ਤੇ ਔਰਤ ਵੀ ਰੌਸ਼ਨੀ ਵਰਗੀ ਜਿਹਨੂੰ ਵੇਖਣ ਲਈ ਯਾਰ ਲੋਕ ਸੈਕਦੇ ਸਨ ਰੌਸ਼ਨੀ ਹਸਪਤਾਲ ਪਹੁੰਚੀ ਉਹਦੇ ਵੇਖਦੇ ਵੇਖਦੇ ਯਸੀਨ ਨੇ ਪ੍ਰਾਤ ਤਿਆਗ ਦਿੱਤੇ ਫਿਰ ਉਹਦਾ 7 ਸਾਲ ਦਾ ਬੇਟਾ ਅੱਲਾ ਨੂੰ ਪਿਆਰਾ ਹੋ ਗਿਆ ਰੌਸ਼ਨੀ ਹਸਪਤਾਲ ਤੋਂ ਹਿੱਲੀ ਨਹੀਂ ਅਗਲੀ ਸਵੇਰ ਯਸੀਨ ਦੀ ਬੀਵੀ ਫਰਖਤ ਨੇ ਅੱਖਾਂ ਮਿਟ ਲਈਆਂ ਉਸ ਉਹਨਾਂ ਦੀ 9 ਸਾਲ ਦੀ ਧੀ ਮਹਾਰਾਜ ਤੇ ਕੁਛੜ ਵਾਲੀ ਬੇਟੀ ਮਨਹਾਜ਼ ਬੱਚੀਆਂ ਸਨ। ਰੌਸ਼ਨੀ ਦੀਆਂ ਅੱਖਾਂ ਚੱਥਰੂ ਨਹੀਂ ਸੁੱਕਦੇ ਸਨ। ਜਾਵੇ ਤੇ ਜੀਤੀ ਉਹਦੇ ਵੱਲ ਵੇਖ-ਵੇਖ ਕੇ ਅਚਰਜ ਹੋ ਰਹੇ ਸਨ। ਇਹ ਔਰਤ ਅਜੀਬ ਸੀ। ਹਰ ਕਿਸੇ ਤੇ ਢਲ ਪੈਂਦੀ ਸੀ। ਕਲਮਕਾਰਾਂ ਕਲਾਕਾਰਾਂ ਦੀ ਤਾਂ دیਵਾਨੀ ਸੀ। ਪਿਛਲੀ ਰਾਤ ਜਿਵੇਂ ਉਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਅਗਲੇ ਦਿਨ ਕੀ ਪਾਣਾ ਵਰਤਨ ਵਾਲਾ ਸੀ। ਕਿੰਨਾ ਚਿਰ غلام ਯਸੀਨ ਦਾ ਕਲਾਮ ਸੁਣਦੀ ਰਹੀ। ਅਗਲੇ ਦਿਨ ਗੁਲਾਮ ਯਸੀਨ ਬਾਰੇ ਅਖਬਾਰਾਂ ਭਰੀਆਂ ਸਨ ਯਸੀਨ ਆਂਧਰਾ ਪ੍ਰਦੇਸ਼ ਸਾਹਿਤ ਅਕੈਡਮੀ ਦੇ ਅੰਤਰੀਂ ਕਮੇਟੀ ਦਾ ਮੈਂਬਰ ਸੀ ਤੇਲਗੂ ਲੇਖਕ ਸਭਾ ਦਾ ਉਪ ਪ੍ਰਧਾਨ ਸੀ ਆਂਧਰਾ ਪ੍ਰਦੇਸ਼ ਦੀ ਉਰਦੂ ਅਕਾਦਮੀ ਦੀ ਕਾਰੀਕਾਰਨੀ ਕਮੇਟੀ ਦਾ ਮੈਂਬਰ ਸੀ ਕਈ ਨਾਮ ਉਹਨੂੰ ਮਿਲੇ ਸਨ ਐਮਫਿਲ ਦਾ ਇਮਤਿਹਾਨ ਪਾਸ ਕਰ ਚੁੱਕਾ ਸੀ ਅਗਲੇ ਬਾਰੇ ਉਹਨੂੰ ਪੀ ਐਚ ਡੀ ਦੀ ਡਿਗਰੀ ਮਿਲ ਜਾਣੀ ਸੀ ਮਹਿਬੂਬਨਗਰ ਜ਼ਿਲ੍ਹੇ ਦੇ ਕਲਵਾ ਕਿਰਤੀ ਨਾਂ ਦੇ ਪਿੰਡ ਦਾ ਵਸਨੀਕ ਗੁਲਾਮ ਯਸੀਨ ਇਕ ਪੜ੍ਹੇ ਲਿਖੇ ਸੁਲਝੇ ਹੋਏ ਵਿਚਾਰਾਂ ਵਾਲੇ ਘਰਜ ਪੈਦਾ ਹੋਇਆ। ਉਹਦੀ ਮਾਂ ਵੀ ਸਕੂਲ ਚ ਪੜਾਉਂਦੀ ਸੀ। 1968 ਵਿੱਚ ਉਹ ਲੋਕ ਹైదరాబాద్ ਆਏ। ਜਿੱਥੇ ਯਸੀਨ ਨੂੰ ਨੌਕਰੀ ਮਿਲ ਗਈ। 1973 ਚ ਉਹ ਵਿਆਹ ਫਰਹਤ ਜਹਾਨ ਨਾਲ ਹੋਇਆ। ਫਰਹਤ ਵੀ ਮੁਗਲਪੁਰਾ ਦੇ ਕੁੜੀਆਂ ਦੇ ਸਕੂਲ ਚ ਪੜਾਉਂਦੀ ਸੀ। ਯਸੀਨ ਤੇ ਫਰਹਤ ਦੋਵੇਂ ਤੇਲਗੂ ਪੰਡਤ ਸਨ। ਰੌਸ਼ਨੀ ਨਾ ਕੁਝ ਖਾਂਦੀ ਨਾ ਪੀਂਦੀ। ਉਹਦੀਆਂ ਅੱਖਾਂ ਚ ਅਥਰੂ ਰੁਕਣ ਦਾ ਜਿਵੇਂ ਨਾ ਨਾ ਲੈ ਰਹੇ ਹੋਣ। ਜਵੇਦ ਤੇ ਜੀਤੀ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਜਵੇਦ ਨੇ ਦਿੱਲੀ ਭਰਤ ਨੂੰ ਟੈਲੀਫੋਨ ਕੀਤਾ ਭਰਤ ਕਿੰਨਾ ਚਿਰ ਰੋਸ਼ਨੀ ਨਾਲ ਟੈਲੀਫੋਨ ਤੇ ਗੱਲਾਂ ਕਰਦਾ ਰਿਹਾ ਉਹਦੀ رائے ਸੀ ਕਿ ਰੋਸ਼ਨੀ ਨੂੰ ਕੁਝ ਦਿਨਾਂ ਲਈ ਦਿੱਲੀ ਆ ਜਾਣਾ ਚਾਹੀਦਾ ਸੀ ਜਵੇਦ ਉਹਦੇ ਨਾਲ ਸਹਿਮਤ ਸੀ ਨਹੀਂ ਤਾਂ ਇਹ ਔਰਤ ਰੋ ਰੋ ਕੇ ਖਤਮ ਹੋ ਜਾਏਗੀ ਮੁਰਮੜੋ ਕਹਿੰਦਾ ਪਤਾ ਨਹੀਂ ਰੋਸ਼ਨੀ ਦਾ ਕੀ ਰਿਸ਼ਤਾ ਸੀ ਯਸੀਨ ਨਾਲ ਉਹਦੀ ਤ੍ਰੀਮਤ ਨਾਲ ਉਹਦੇ ਬੱਚਿਆਂ ਨਾਲ ਅੰਗ 18ਵਾਂ ਕੁਈ ਕਹਿ ਰਿਹਾ ਸੀ ਮੇਮਸਾਬ ਅੱਜ ਰੇਡੀਓ ਸਟੇਸ਼ਨ ਤਸ਼ਰੀਫ ਲੈ ਗਏ ਸਨ ਪੂਨਮ ਇਹ ਸੁਣ ਕੇ ਚੌਂਕੀ ਪਰ ਅਗਲੇ ਛੇਨੋਂ სპਰਤ ਦੀ ਇਸ ਗੱਲ ਨੂੰ ਸੁਣਿਆ ਅਣ ਸੁਣਿਆ ਕਰ ਦਿੱਤਾ ਨਾਸ਼ਤੇ ਲਈ ਮੇਜ਼ ਤੇ ਬੈਠੇ ਭਰਤ ਨੇ ਫੇਰ ਇਹ ਗੱਲ ਛੇੜੀ ਪਤਾ ਨਹੀਂ ਕਿਵੇਂ ਉਹ ਰੇਡੀਓ ਸਟੇਸ਼ਨ ਗਈ ਸੀ ਉਥੇ ਕਾਰ ਵੀ ਨਹੀਂ ਮੰਗਵਾਈ ਸੀ ਭਰਤ ਵਦੇ ਰੇਸ ਲਈ ਪਰੇਸ਼ਾਨ ਸੀ ਕੁਝ ਇਸ ਲਈ ਵੀ ਕਿ ਪੂਨਮ ਨੇ ਇਸ ਬਾਰੇ ਉਹਦੇ ਨਾਲ ਜ਼ਿਕਰ ਨਹੀਂ ਕੀਤਾ ਸੀ ਹੁਣ ਤਾਂ ਦਿਨ ਚ 10 ਵਾਰ ਉਹ ਟੈਲੀਫੋਨ ਕਰਦੀ ਸੀ ਤੁਸੀਂ ਮੇਰੀਆਂ ਹਰਕਤਾਂ ਬਾਰੇ ਸੀਆਈਡੀ ਕਦੋਂ ਤੋਂ ਤਾਇਨਾਤ ਕਰ ਰੱਖੀ ਹੈ ਪੂਨਮ ਨੇ ਇੱਕਦਮ ਜਿਵੇਂ ụpੜ ਕੇ ਕਿਹਾ ਉਹਦਾ ਚਿਹਰਾ ਲਾਲ ਬਿੰਬ ਹੋ ਰਿਹਾ ਸੀ ਭਰ ਤੇ ਵੇਖ ਕੇ ਹੱਕਾ ਬੱਕਾ ਰਹਿ ਗਿਆ ਉਸਦੀ ਉੰਜੀ ਸਹਿਦ ਸੁਭਾ ਪੁੱਛ ਕੀਤੀ ਸੀ ਜ਼ਿਆਦਾ ਫਿਕਰ ਉਹਨੂੰ ਇਸ ਗੱਲ ਦਾ ਸੀ ਕਿ ਬਿਨਾਂ ਆਪਣੀ ਸਵਾਰੀ ਦੇ ਪੂਨਮ ਕਿਵੇਂ ਬਾਹਰ ਗਈ ਹੋਏਗੀ ਖਾਸ ਤੌਰ ਤੇ ਇਹਨਾਂ ਦਿਨਾਂ 'ਚ ਜਦੋਂ ਉਹਦੀ ਤਬੀਅਤ ਢਿੱਲੀ ਮੱਠੀ ਰਹਿੰਦੀ ਸੀ ਇਹ ਹੀ ਨਹੀਂ ਇੱਕ ਛੱਟ ਦੇ ਛੱਟ ਤੇ ਪੂਨਮ ਨਾਸ਼ਤਾ ਉਂਝ ਦਾ ਉਂਝ ਮੇਜ਼ ਤੇ ਛੱਡ ਕੇ ਭਰੀ ਭੀਤੀ ਆਪਣੇ ਕਮਰੇ ਵੱਲ ਚਲੀ ਗਈ। ਭਰਤ ਹੋਰ ਸਟਰਜ ਹੋ ਰਿਹਾ ਸੀ ਕਿ ਉਹਦੀ ਇਸ ਹਰਕਤ ਤੇ ਆਦਮੀ ਚ ਕੁਝ ਸਹਿਨ ਸ਼ਕਤੀ ਹੋਣੀ ਚਾਹੀਦੀ ਹੈ। ਕੁਝ ਤੇ ਮਜ਼ਾਕ ਨੂੰ ਸਮਝਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਪੂਨਮ ਦੇ ਦਿਲ ਚ ਦਾ ਇਹ ਚੋਰ ਸੀ ਜਿਹੜਾ ਇੰਜ ਉਸ ਤੋਂ ਬਤਮੀਜ਼ੀ ਕਰਵਾ ਰਿਹਾ ਸੀ। ਭਰਤ ਤੇ ਪੂਨਮ ਚ ਇਹ ਪਹਿਲੀ ਝੜਪ ਨਹੀਂ ਸੀ। ਪਿਛਲੇ ਦਿਨਾਂ ਚ ਛੋਟੀਆਂ-ਮੋਟੀਆਂ ਕੁਝ ਗੁਰੰਝਸ਼ਾਂ ਹੁੰਦੀਆਂ ਰਹੀਆਂ ਸਨ। ਹਰਤ ਸੋਚਦਾ ਖਬਰੀ ਇਸ ਲਈ ਕਿ ਉਹ ਪਹਿਲੀ ਵਾਰ ماں ਬਣਨ ਜਾ ਰਹੀ ਸੀ ਉਹਦੀ ਤਬੀਅਤ ਕਾਲੀ ਪੈਣ ਲੱਗਦੀ ਸੀ ਉਹਦੀ ਮਨੋਵਸਥਾ ਵਿੱਚ ਉਹਦੇ ਸਰੂਪ ਵਿੱਚ ਅਹਿਮ ਤਬਦੀਲੀਆਂ ਆ ਰਹੀਆਂ ਸਨ ਇੰਜ ਲੇਟਣਾ ਇੰਜ ਨਹੀਂ ਲੇਟਣਾ ਇੰਜ ਤੁਰਨਾ ਇੰਜ ਨਹੀਂ ਤੁਰਨਾ ਇੰਜ ਖਾਣਾ ਨਹੀਂ ਖਾਣਾ ਡਾਕਟਰ ਹਰ ਤਰ੍ਹਾਂ ਦੀਆਂ ਹਦਾਇਤਾਂ ਕਰਦੀ ਰਹਿੰਦੀ ਸੀ ਕਿਸੇ ਨਾ ਕਿਸੇ ਤਰ੍ਹਾਂ ਨਾਸ਼ਤਾ ਖਤਮ ਕਰਕੇ ਪਰਤ ਅੰਦਰ ਕਮਰੇ ਵੱਲ ਗਿਆ ਤੇ ਪੂਨਮ ਤੋਂ ਮਾਫੀ ਮੰਗ ਕੇ ਦਫ਼ਤਰ ਰਵਾਨਾ ਹੋ ਗਿਆ ਪੂਨਮ ਚੁੱਪ ਗੁੜਪ ਆਪਣੇ ਬਲੰਗ ਤੇ ਲੇਟੀ ਹੋਈ ਸੀ ਉਧਰ ਭਰਤ ਦੀ ਕਾਰ ਕੋਠੀ ਤੋਂ ਬਾਹਰ ਨਿਕਲੀ ਤੇਰ ਪੂਨਮ ਦੀਆਂ ਅੱਖਾਂ 'ਚ ਇੱਕ ਹੜ ਹੱਥਰੂਆਂ ਦਾ ਫੁੱਟ ਪਿਆ ਜਿਵੇਂ ਕੋਈ ਕੜ ਫਟ ਪਿਆ ਹੋਵੇ ਉਹ ਸਖਤ ਸ਼ਰਮਿੰਦਾ ਸੀ ਉਹਨੂੰ ਆਪਣੀ ਹਰਕਤ ਤੇ ਹੈਰਾਨੀ ਹੋ ਰਹੀ ਸੀ ਭਰਤ ਵਰਗੇ ਇਨਸਾਨ ਨਾਲ ਉਹ ਕਿਵੇਂ ਬੇਹੂਬਗੀ ਕਰ ਸਕਦੀ ਸੀ ਇੱਕ ਚੋਰ ਇੱਕ ਚਤਰ ਉਸੇ ਨੂੰ ਮਨਜ਼ੂਰ ਨਾਲ ਬਾਹਰ ਗਈ ਸੀ ਉਸ ਆਪਣੇ ਘਰ ਵਾਲੇ ਨਾਲ ਇਹਦਾ ਅਜੇ ਤੱਕ ਜ਼ਿਕਰ ਨਹੀਂ ਕੀਤਾ ਸੀ ਹੁਣ ਕੱਲ ਫੇਰ ਉਹ ਕੋਈ ਬਹਾਨਾ ਕਰਕੇ ਰੇਡੀਓ ਸਟੇਸ਼ਨ ਗਿਆੜਾ ਮਾਰ ਆਈ ਸੀ ਪੁਰਾਣੇ ਸਾਥੀਆਂ ਨਾਲ ਗੱਪਸ਼ਪ ਕਰ ਆਈ ਸੀ ਮੰਜ਼ੂਰੋਂ ਨੂੰ ਲੈ ਵੀ ਗਿਆ ਸੀ ਆਪਣੇ ਸਕੂਟਰ ਤੇ ਛੱਡ ਵੀ ਗਿਆ ਸੀ ਪਰ ਇਸ ਚ ਕਹਿਰ ਕਿਹੜਾ ਆ ਗਿਆ ਉਹਦਾ ਅੰਦਰ ਵਿਦਰੋਹ ਕਰ ਰਿਆ ਸੀ ਕੌਣ ਕਹਿੰਦਾ ਕਿ ਇਹ ਅਨਰਥ ਹੈ ਬਸ ਹੁਣਾ ਸਿਰਫ ਇਹ ਚਾਹੀਦਾ ਸੀ ਕਿ ਤੂੰ ਆਪਣੇ ਘਰ ਵਾਲੇ ਨੂੰ ਦੱਸ ਕੇ ਰੇਡੀਓ ਸਟੇਸ਼ਨ ਜਾਂਦੀ ਜਿਵੇਂ ਤੂੰ ਹਰ ਰੋਜ਼ ਕਰਦੀ ਹੈ ਜਦੋਂ ਵੀ ਤੂੰ ਘਰੋਂ ਬਾਹਰ ਜਾਣਾ ਹੁੰਦਾ ਉਹਨਾਂ ਦੇ ਅੰਦਰੋਂ ਇੱਕ ਹੋਰ ਆਵਾਜ਼ ਆਈ। ਇਹਦਾ ਹੀ ਮਤਲਬ ਹੈ ਕਿ ਮੈਂ ਬੰਦੀ ਹਾਂ ਇਸ ਘਰ ਦੀ ਗੁਲਾਮ। ਇਹ ਘਰ ਨਹੀਂ ਪਿੰਜਰਾ ਹੈ। ਮੈਂ ਵਿਆਹ ਨਹੀਂ ਕੀਤਾ। ਮੈਂ ਕੈਦਖਾਨੇ ਵਿੱਚ ਪ੍ਰਵੇਸ਼ ਕੀਤਾ। ਉਹਦੇ ਅੰਦਰੋਂ ਇੱਕ ਹੋਰ ਆਵਾਜ਼ ਸੁਣਾਈ ਦੇ ਰਹੀ ਸੀ। ਤੇਰੇ ਅੰਦਰ ਇੱਕ ਇਹ ਅਪਰਾਧੀ ਦੀ ਮਨੋਦਸ਼ਾ ਹੈ। ਉਹਨੇ ਇੱਕ ਹੋਰ ਸੁਰ ਦੇ ਅੰਦਰੋਂ ਸੁਣਾਈ ਦੇ ਰਿਹਾ ਸੀ। ਇਹ ਤੇਰਾ ਆਪਣਾ ਕਪਟ ਹੈ ਜਿਹਦਾ ਪਰਛਾਵਾਂ ਤੂੰ ਬਰਾਈ ਲੋਕਾਂ 'ਚ ਵੇਖ ਰਹੀ ਹੈਂ। ਇਸ ਤਰ੍ਹਾਂ ਦੇ ਵਿਚਾਰ ਉਹਦੇ ਅੰਦਰ ਕਿਰਨਮ ਕਿਰਨੀ ਕਿਰ ਰੈਸਨ ਅਜੇ ਉਸ ਟੈਲੀਫੋਨ ਕਰਕੇ ਭਰਤ ਤੋਂ ਆਪਣੀ ਬਤਤਮੀਜ਼ੀ ਲਈ ਮਾਫੀ ਨਹੀਂ ਮੰਗੀ ਸੀ ਕਿ ਬਾਅਦ ਗੈਲਰੀ 'ਚ ਟੈਲੀਫੋਨ ਵੱਜਣ ਲੱਗ ਪਿਆ ਭਰਤ ਦਾ ਹੋਏਗਾ ਤੇ ਪੂਨਮ ਨੂੰ ਡਾਢੀ ਸ਼ਰਮ ਆ ਰਹੀ ਸੀ ਇਹ ਮਰਦ ਹਮੇਸ਼ਾ ਉਹਨੂੰ ਸ਼ਰਮਿੰਦਾ ਕਰਦਾ ਸੀ ਹਮੇਸ਼ਾ ਉਹਦੀ ਲੱਤ ਉਹਦੇ ਉੱਤੇ ਹੀ ਰਹਿੰਦੀ ਸੀ ਟੈਲੀਫੋਨ ਮਨਜੂਰ ਦਾ ਸੀ ਪੂਨਮ ਨੂੰ ਹੱਥ ਪੈਰ ਪੈ ਗਏ ਮਨਜੂਰ ਨੇ ਪੂਨਮ ਨੂੰ ਇਸ ਹਫਤੇ ਦੇ ਰੇਡੀਓ ਨਾਟਕ ਵਿੱਚ ਨਾਇਕਾ ਦੇ ਪਾਰਟ ਲਈ ਬੁੱਕ ਕਰਵਾ ਲਿਆ ਸੀ ਉਹ ਆਪਣਾ ਇੱਕ ਦਾ ਰੋਲ ਕਰ ਰਿਹਾ ਸੀ ਇਹ ਉਹੀ ਨਾਟਕ ਸੀ ਜਿਸਟ ਕੰਮ ਕਰਨ ਲਈ ਪੂਨਮ ਕਦਿਸਿਆ ਕਿਆ ਕਰਦੀ ਸੀ ਰਿਹਰਸਲ ਕੋਈ ਇੱਕ ਘੰਟੇ ਬਾਅਦ ਹੋਣੀ ਸੀ ਮੈਂ ਤੈਨੂੰ ਲੈਣ ਆ ਰਿਹਾ ਅਖੀਰ ਮਨਜੂਰ ਨੇ ਕਿਹਾ ਨਹੀਂ ਅਬੜਵਾਏ ਪੂਨਮ ਦੇ ਮੂੰਹੋਂ ਨਿਕਲਿਆ ਕੀ ਮਤਲਬ ਤੂੰ ਇਸ ਨਾਟਕ ਚ ਪਾਰਟ ਨਹੀਂ ਕਰ ਰਹੀ ਮਨਜੂਰ ਨੇ ਹੈਰਾਨ ਹੋ ਕੇ ਪੁੱਛਿਆ ਉਹ ਤੇ ਇੱਕ ਹੋਰ ਮਸ਼ਹੂਰ ਕਲਾਕਾਰ ਨੂੰ ਹਟਵਾ ਕੇ ਪੂਨਮ ਨੂੰ ਇਸ ਨਾਟਕ ਲਈ ਰਖਵਾਇਆ ਸੀ ਨਹੀਂ ਨਹੀਂ ਮੇਰਾ ਮਤਲਬ ਇਹ ਨਹੀਂ ਪੂਨਮ ਬੇਬਲ ਹੂਕ ਕੇ ਬੋਲੀ ਮੇਰਾ ਹਰਗੇਜ਼ੇ ਮਤਲਬ ਨਹੀਂ ਮੈਂ ਆਪ ਆ ਜਾਾਂਗੀ। ਓ ਸਕੂਟਰ ਦੇ ਪਿੱਛੇ ਬੈਠਣਾ ਜਨਾਬ ਦੀ ਸ਼ਾਨ ਦੇ ਸ਼ਾਇਆ ਨਹੀਂ। ਮਨਜੂਰ ਨੇ ਤੰਜ਼ ਭਰੇ ਲਹਿਜੇ ਚ ਕਿਹਾ ਤੇ ਟੈਲੀਫੋਨ ਬੰਦ ਕਰ ਦਿੱਤਾ। ਪੂਨਮ ਨੂੰ ਕੁਝ ਸਮਝ ਨਹੀਂ ਆ ਰਹੀ ਸੀ। ਭਰਤ ਨਾਲ ਸ਼ਾਦੀ ਕਰਨ ਤੋਂ ਪਹਿਲੇ ਉਸ ਬੇਸ਼ੱਕ ਰੇਡੀਓ ਦੀ ਨੌਕਰੀ ਛੱਡ ਦਿੱਤੀ ਸੀ। ਪਰ ਇੰਜ ਕਰਨ ਲਈ ਭਰਤ ਨੇ ਤਾਂ ਉਹਨੂੰ ਇੱਕ ਵਾਰ ਵੀ ਨਹੀਂ ਕਿਹਾ ਸੀ। ਉਹਨੂੰ ਇਹਦਾ ਇੰਜ ਕਰਨਾ ਬੇਸ਼ੱਕ ਚੰਗਾ ਲੱਗਾ ਹੋਵੇ। ਉਹਦੀ ਧੀ ਮਤੋਂ ਦੇ ਘਰ ਦੀ ਦੇਖਭਾਲ ਕਰ ਸਕੇਗੀ ਉਹਦੀ ਜਵਾਨ ਜਹਾਨ ਭੈਣ ਦਾ ਖਿਆਲ ਰੱਖੇਗੀ ਪੂਨਮ ਨੇ ਨੌਕਰੀ ਬੇਸ਼ੱਕ ਛੱਡੀ ਸੀ ਇਹ ਤਾਂ ਉਹ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਰੇਡੀਓ ਨਾਟਕਾਂ ਦਾ ਕੰਮ ਕਰਨਾ ਵੀ ਉੱਕਾ ਛੱਡ ਦੇਗੀ ਬਿਲਕੁਲ ਨਹੀਂ ਇਹ ਤਾਂ ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਪੂਨਮ ਦੇ ਅੰਦਰੋਂ ਆਵਾਜ਼ ਆਈ ਤੇ ਉਹਨੇ ਭਰਤ ਨੂੰ ਟੈਲੀਫੋਨ ਕੀਤਾ ਤਾਂ ਜੋ ਕਾਰ ਮੰਗਵਾ ਲਵੇ ਭਰਤ ਉੱਤੇ ਬਾਹਰ ਮੀਟਿੰਗ ਲਈ ਗਿਆ ਹੋਇਆ ਸੀ ਇੰਨੇ 'ਚ ਪੂਨਮ ਤਿਆਰ ਹੋਣ ਲੱਗ ਪਈ ਤਿਆਰ ਹੋ ਰਹੀ ਮੁੜ-ਮੁੜ ਪਰਤ ਨੂੰ ਟੈਲੀਫੋਨ ਕਰ ਲੈਂਦੀ ਪਰ ਉਹ ਜੇ ਤੀਕ ਦਫਤਰ ਨਹੀਂ ਪਰਤਿਆ ਸੀ ਬਸ ਅੱਧੇ ਘੰਟੇ ਲਈ ਗਿਆ ਸੀ ਤੇ ਹੁਣ ਡੇਢ ਘੰਟਾ ਹੋਣ ਵਾਲਾ ਸੀ ਪੂਨਮ ਪਰੇਸ਼ਾਨ ਸੀ ਉਹਦਾ ਰੇਡੀਓ ਸਟੇਸ਼ਨ ਤੇ ਰਿਹਰਸਲ ਦਾ ਵਕਤ ਹੋ ਰਿਹਾ ਸੀ ਉਹ ਰਿਹਰਸਲ ਲਈ ਕਦੀ ਦੇਰ ਕਰਕੇ ਨਹੀਂ ਗਈ ਸੀ ਹੁਣ ਪੂਨਮ ਨੇ ਰੇਡੀਓ ਸਟੇਸ਼ਨ ਮਨਜੂਰ ਨੂੰ ਟੈਲੀਫੋਨ ਕੀਤਾ ਮਨਜੂਰ ਤਾਂ ਉਹਦੀ ਉਡੀਕ 'ਚ ਸੀ ਕੋਈ 10 ਮਿੰਟ ਚ ਆਇਆ ਤੇ ਉਹਨੂੰ ਆਪਣੇ ਸਕੂਟਰ ਦੇ ਪਿੱਛੇ ਬਿਠਾ ਕੇ ਲੈ ਗਿਆ ਸਕੂਟਰ ਦੇ ਪਿਲੀਅਨ ਤੇ ਪਲਾਕੀ ਮਾਰ ਕੇ ਬਹਿ ਗਈ ਪੂਨਮ ਦੇ ਅੰਦਰੋਂ ਆਵਾਜ਼ ਆਈ ਪੂਨਮ ਬੀਬੀ ਤੂੰ ਤੂੰ ਪੂਨਮ ਸ਼ਰੀਨ ਨਹੀਂ ਜੇ ਭਰਤ ਤੇਰਾ ਘਰ ਵਾਲਾ ਤੇਰੇ ਇੰਜ ਸਕੂਟਰ ਪਿੱਛੇ ਬੈਠਣ ਨੂੰ ਠੀਕ ਨਹੀਂ ਸਮਝਦਾ ਤਾਂ ਕੋਈ ਜ਼ਿਆਦਤੀ ਨਹੀਂ ਕਰ ਰਿਹਾ ਆਖਰ ਤੂੰ ਉਹਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ ਤੇ ਪੂਨਮ ਨੂੰ ਭਰਤ ਤੇ ਅੰਤਾਂ ਦਾ ਲਾੜ ਡਾਉਣ ਲੱਗ ਪਿਆ ਪਹਿਲੀ ਗੱਲ ਰੇਡੀਓ ਸਟੇਸ਼ਨ ਅਪੜ ਕੇ ਉਹਨੇ ਭਰਤ ਨੂੰ ਟੈਲੀਫੋਨ ਕੀਤਾ ਤਾਂ ਜੋ ਉਹਨੂੰ ਇਹਦੀ ਇਤਲਾਹ ਕਰ ਦੇਵੀ ਕਿ ਉਹ ਰੇਡੀਓ ਸਟੇਸ਼ਨ ਰਿਹਰਸਲ ਲਈ ਆਈ ਹੋਈ ਸੀ ਤੇ ਹੁਣ ਭਰਤ ਕਿਸੇ ਜ਼ਰੂਰੀ ਮੀਟਿੰਗ 'ਚ ਬੈਠਾ ਹੋਇਆ ਸੀ ਟੈਲੀਫੋਨ ਤੋਂ ਬਹੁਤ ਦੂਰ ਸੀ ਪੂਨਮ ਨੇ ਉਹਦੀ ਉਹਨੂੰ ਪਰੇਸ਼ਾਨ ਕਰਨਾ ਮੁਨਾਸਿਬ ਨਹੀਂ ਸਮਝਿਆ ਰਿਹਰਸਲ ਦੇ ਦੌਰਾਨ ਫਿਰ ਉਹਨੂੰ ਪਰਤਦਾ ਖਿਆਲ ਆਇਆ ਉਹ ਸਟੂਡੀਓ 'ਚੋਂ ਉੱਠ ਕੇ ਤਾਵਲੀ ਤਾਵਲੀ ਕੰਟਰੋਲ ਰੂਮ 'ਚ ਗਈ ਇੰਜੀਨੀਅਰ ਦੀ ਇਜਾਜ਼ਤ ਲੈ ਕੇ ਆਪਣੇ ਮੀਆਂ ਨੂੰ ਟੈਲੀਫੋਨ ਕਰਨ ਲੱਗੀ ਉਹ ਅਜੇ ਵੀ ਮੀਟਿੰਗ 'ਚ ਬੈਠਾ ਹੋਇਆ ਸੀ ਰੀਹਰਸਲ ਦੇ ਦੌਰਾਨ ਕਿਸੇ ਕਲਾਕਾਰ ਦਾ ਮੂੰਮੂੜ ਉੱਠ ਕੇ ਬਾਹਰ ਜਾਣਾ ਰੇਡੀਓ 'ਚ ਬਹੁਤ ਬੁਰਾ ਸਮਝਿਆ ਜਾਂਦਾ ਹੈ। ਪੂਨਮ ਨੇ ਇੰਜ ਕਦੀ ਨਹੀਂ ਕੀਤਾ ਸੀ ਪਰ ਉਹਦੀ ਮਜਬੂਰੀ ਕੁਛੇਰ ਬਾਅਦ ਉਹ ਫੇਰ ਉੱਠ ਕੇ ਕੰਟਰੋਲ ਰੂਮਸ ਗਈ। ਮੂੜ ਉਸ ਇੰਜੀਨੀਅਰ ਤੋਂ ਇਜਾਜ਼ਤ ਮੰਗੀ ਜਿਹੜੀ ਇਸ ਵਾਰ ਉਸ ਨੱਕ ਚਾੜ ਕੇ ਦਿੱਤੀ। ਉਸ ਫੇਰ ਟੈਲੀਫੋਨ ਮਿਲਾਇਆ ਪਰ ਅਦ ਦੀ ਮੀਟਿੰਗ ਅਜੇ ਤੱਕ ਖਤਮ ਨਹੀਂ ਸੀ ਹੋਈ। ਇਸ ਵਾਰ ਜਦੋਂ ਰਿਹਰਸਲ ਲਈ ਡਰਾਮਾ ਸਟੂਡੀਓ 'ਚ ਮੁੜੀ ਪ੍ਰੋਡਿਊਸਰ ਨੇ ਬਾਹਰ ਲਾਲ ਬੱਤੀ ਦਾ ਬਟਨ ਦਬਾ ਦਿੱਤਾ ਹੁਣ ਨਾ ਕੋਈ ਸਟੂਡੀਓ ਦੇ ਅੰਦਰੋਂ ਬਾਹਰ ਜਾ ਸਕਦਾ ਸੀ ਤੇ ਰੇਡੀਓ ਸਟੇਸ਼ਨ ਦਾ ਇੱਕ ਕਾਇਦਾ ਸੀ ਅਕਸਰ ਲੋਕ ਉਹਦੀ ਉਲੰਘਣਾ ਕਰ ਲੈਂਦੇ ਸਨ ਪਰ ਪੂਨਮ ਨੇ ਨਾ ਕਦੀ ਪਹਿਲੇ ਇੰਜ ਕੀਤਾ ਸੀ ਨਾ ਉਸਦੇ ਨੇ ਉਹ ਕਰ ਸਕੀ ਸ਼ਾਮੀ ਜਦੋਂ ਰਿਹਰਸਲ ਕਰਕੇ ਉਸ ਘਰ ਪੁੱਜੀ ਭਰਤ ਦਫ਼ਤਰੋਂ ਮੁੜਿਆ ਬਰਾਂਡੇ 'ਚ ਪਰੇਸ਼ਾਨ ਕਦਮ ਟਹਿਲ ਰਿਹਾ ਸੀ ਭਰਤ ਨੇ ਉਹ ਤੋਂ ਨਹੀਂ ਪੁੱਛਿਆ ਉਹ ਕਿੱਥੇ ਗਈ ਸੀ ਇਹ ਵੇਖ ਕੇ ਪੂਨਮ ਨੇ ਵੀ ਨਹੀਂ ਦੱਸਿਆ ਕਿ ਕਿਥੋਂ ਆ ਰਹੀ ਸੀ ਅੰਗ 19ਵਾਂ ਇਹ ਫੈਸਲਾ ਹੋਇਆ ਸੀ ਕਿ ਕਪਲ ਦੀ ਜਨਮ ਦਿਨ ਦੀ ਪਾਰਟੀ ਦੇ ਅਗਲੇ ਦਿਨ ਜੀਤੀ ਦਿੱਲੀ ਪਰਤ ਜਾਏਗੀ ਪਰ ਉਸ ਰਾਤ ਜਿਹੜਾ ਤੂਫਾਨ ਹైదరాబాద్ ਚ ਆਇਆ ਨਾ ਅਗਲੇ ਦਿਨ ਕਿਸੇ ਰੋਈ ਦੀ ਖੁਸ਼ੀ ਨਾ ਹੀ ਜੀਤੀ ਨੇ ਇਹ ਮੁਨਾਸਬ ਸਮਝਿਆ ਕਿ ਇਹਨਾਂ ਹਾਲਾਤ ਚ ਸਫਰ ਕਰੇ ਦੋ ਚਾਰ ਦਿਨ ਹੋਰ ਸਹੀ ਪਰ ਇਹ ਦੋ ਚਾਰ ਦਿਨ ਕਹਿਰਾਂ ਦੇ ਸਨ ਜੀਤੀ ਦੀ ਜ਼ਿੰਦਗੀ ਚ ਜਿਵੇਂ ਇੱਕ ਜਵਾਰ ਪਟਾ ਆਇਆ ਤੇ ਉਲੜੀ ਹੋਈ ਕਿਤੇ ਨਾ ਕਿਤੇ ਜਾ ਪਈ ਸੀ ਗਲਿੰਜ ਹੋਈ ਰੋਸ਼ਨੀ ਦਿਨ ਰਾਤ غلام ਯਸੀਨ ਦੀਆਂ ਪਿੱਛੇ ਰਹਿ ਗਈਆਂ ਦੋ ਮਾਸੂਮ ਬੱਚੀਆਂ ਤੇ ਫਸਾਦਾਂ ਵਿੱਚ ਫੱਟਣ ਹੋਏ ਬਰਬਾਦ ਹੋਈਆਂ ਸ਼ਹਿਰੀਆਂ ਦੀ ਖਿਦਮਤ ਚ ਰੁੱਝੀ ਹੋਈ ਸੀ ਨਾ ਉਹਨੂੰ ਖਾਣ ਦੀ ਸੁਧ ਨਾ ਪੀਣ ਦੀ ਹੌਸ਼ ਵਕਤ ਬੇਵਕਤ ਘਰੋਂ ਨਿਕਲ ਜਾਂਦੀ ਵਕਤ ਬੇਵਕਤ ਪਰਤ ਕੇ ਆਉਂਦੀ ਬੱਚਿਆਂ ਨੂੰ ਤਿਆਰ ਕਰਨਾ ਘਰ ਦੀ ਦੇਖਭਾਲ ਜੀਤੀ ਨੇ ਸੰਭਾਲੀ ਹੋਈ ਸੀ ਫਿਰ ਜੀਤੀ ਨੂੰ ਲੱਗਿਆ ਜਿਵੇਂ ਜਾਵੇਦ ਨੂੰ ਰੋਸ਼ਨੀ ਦੇਣ ਆਪਣੀ ਰੋਗੀ ਜ਼ਿੰਮੇਵਾਰੀਆਂ ਵੱਲੋਂ ਅਣਗਹਿਲੀ ਪਸੰਦ ਨਹੀਂ ਸੀ ਜੀਤੀ ਸੋਚਦੀ ਜਵੇਦ ਸੱਚਾ ਸੀ ਪਰ ਰੌਸ਼ਨੀ ਸੀ ਕਿ ਜਵੇਂ ਕੋਸੜ ਕਿਸੇ ਨੂੰ ਉੱਠ ਪਿਆ ਹੋਵੇ ਫਸਾਦਾਂ ਚ ਬੇਕਾਰ ਹੋਏ ਫੱਟੜ ਹੋਏ ਲੁੱਟੇ ਪੁੱਟੇ ਗਏ ਲੋਕਾਂ ਲਈ ਕਦੇ ਕੱਪੜੇ ਇਕੱਠੇ ਕਰ ਰਹੀ ਹੈ ਕਦੇ ਬਰਤਨ ਕਦੇ ਉਹਨਾਂ ਦੇ ਬੱਚਿਆਂ ਲਈ ਕਿਤਾਬਾਂ ਕਾਪੀਆਂ ਕਦੇ ਉਹਨਾਂ ਦੇ ਰਹਿਣ ਦੇ ਟਿਕਾਣੇ ਦਾ ਫਿਕਰ ਸ਼ਹਿਰ ਦੀਆਂ ਕੁਝ ਇੱਕ ਔਰਤਾਂ ਨੇ ਮਿਲ ਕੇ ਨਾਗਰਿਕ ਇਕਤਾ ਸਮਤੀ ਬਣਾ ਲਈ ਤੇ ਰੌਸ਼ਨੀ ਇਹਨਾਂ ਦੀ ਆਗੂ ਸੀ ਗਲੀ ਗਲੀ ਘਰ ਘਰ ਜਾ ਕੇ ਉਹ ਲੋਕਾਂ ਨੂੰ ਸਹਾਇਤਾ ਲਈ ਤਿਆਰ ਕਰਦੀਆਂ ਸਰਕਾਰ ਦੇ ਕਰਮਚਾਰੀਆਂ ਨੂੰ ਮਿਲ ਕੇ ਫਸਾਦਾਂ ਚ ਪੀੜਤ ਲੋਕਾਂ ਦੀ ਮਦਦ ਲਈ ਬੰਨਣ ਬੰਨ੍ਹਦੀਆਂ ਨਾ ਦੁਪਹਿਰ ਦੇ ਖਾਣੇ ਲਈ ਨਾ ਰਾਤ ਦੇ ਖਾਣੇ ਲਈ ਕਦੀ ਰੌਸ਼ਨੀ ਘਰ ਹੁੰਦੀ ਪਤਾ ਨਹੀਂ ਕਦੋਂ ਆਉਂਦੀ ਕਦੋਂ ਕਾਰ ਲੈ ਕੇ ਨਿਕਲ ਜਾਂਦੀ ਇੱਕ ਦਿਨ ਦੋ ਦਿਨ ਤਿੰਨ ਦਿਨ ਤੇ ਉਸ ਸ਼ਾਮ ਜੀਤੀ ਨੇ ਵੇਖਿਆ ਤਾਂ ਉਸ ਕੁਰਸੀ ਤੇ ਬੈਠੀ ਸੀ ਜਿਸ ਤੇ ਰੋਸ਼ਨੀ ਬੈਠਿਆ ਕਰਦੀ ਸੀ ਉਹ ਤੋਂ ਉਸੇ ਤਰ੍ਹਾਂ ਬੱਚਿਆਂ ਨੂੰ ਖਾਣਾ ਖਵਾ ਰਹੀ ਸੀ ਜਿਵੇਂ ਰੋਸ਼ਨੀ ਕਦੀ ਉਹਨਾਂ ਦੇ ਅੱਗੇ ਕੁਝ ਕਰਦੀ ਕਦੀ ਕੁਝ ਖਾਣ ਲਈ ਕਹਿੰਦੀ ਜੀਤੀ ਨੇ ਵੀ ਮਹਿਸੂਸ ਕੀਤਾ ਤੇ ਉਹਦੇ ਸਾਹਮਣੇ ਮੇਜ਼ ਤੇ ਬੈਠੇ ਜਵੇਦ ਦੇ ਮਨ ਵਿੱਚ ਵੀ ਇੱਕ ਝਟ ਦੇ ਝਟ ਲਈ ਇਹ ਖਿਆਲ ਆਇਆ ਤੇ ਉਹਨਾਂ ਦੀਆਂ ਨਜ਼ਰਾਂ ਭੜ ਗਈਆਂ ਤੇ ਫਿਰ ਇੱਕ ਮੁਸਕਰਾਹਟ ਉਹਨਾਂ ਦੇ ਹੋਠਾਂ ਤੇ ਖੇਡਣ ਲੱਗ ਪਈ ਜਵੇਦ ਦੇ ਹੋਠਾਂ ਤੇ ਵੀ ਜੀਤੀ ਦੇ ਹੋਠਾਂ ਤੇ ਵੀ ਧੰਨਵਾਦ ਚਲਦਾ